بسم اللہ الرحمن الرحیم دوستو چینل ਸਾਡਾ ਦੇਸ਼ ਪੰਜਾਬ ਅੱਜ ਅਸੀਂ ਮੌਜੂਦ ਹਾਂ ਲਾ ਗਾਜ਼ੀ ਰੋਡ ਲਾਹੌਰ ਸਾਡੇ ਨਾਲ ਅੱਜ ਮੌਜੂਦ ਸਾਡੇ ਇੱਕ ਬਜ਼ੁਰਗ ਮਹਿਮਾਨ ਦੋਸਤੋ ਅਸੀਂ ਉਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਅੱਜ ਫਿਰ ਗੱਲ ਕਰਾਂਗੇ ਜਿਵੇਂ ਪਾਰਟੀਸ਼ਨ ਸਟੋਰੀ ਦੇ ਉੱਪਰ ਅਸੀਂ ਕਰਦੇ ਆ ਆ 14 ਅਗਸਤ 2021 ਤੇ ਅੱਜ ਫਿਰ ਅਸੀਂ ਜਾਵਾਂਗੇ 14 ਅਗਸਤ 1947 ਦੇ ਵਿੱਚ ਬਜ਼ੁਰਗ ਜਿਹੜੇ ਚੜ੍ਹਦੇ ਪੰਜਾਬ ਤੋਂ 1947 'ਚ ਮਾਈਗ੍ਰੇਟ ਕਰਕੇ ਪਾਕਿਸਤਾਨ ਆਏ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਦੇ ਪਿਛਲੇ ਪਿੰਡ ਦੀ ਇਹਨਾਂ ਦੇ ਸਫ਼ਰ ਦੀ ਤੇ ਫਿਰ ਪਾਕਿਸਤਾਨ ਦੀ ਗੱਲਾਂ ਕਰਦੇ ਆਂ ਜੀ ਬਜ਼ੁਰਗਾਂ ਦੇ ਨਾਲ ਅਸਲਾਮੁਅਲੈਕਮ ਭਾਈ ਸਾਹਿਬ ਅਸਲਾਮ ਜੀ ਬਰਕਤੁਲਾਹ ਬਬਰਕਾਤ ਹੋ ਜੀ ਭਾਈ ਸਾਹਿਬ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਮ ਸ਼ਫੀ ਜੀ ਤੇ ਆਪਣੀ ਬਰਾਦਰੀ ਕਿਹੜੀ ਜੀ ਡੋਗਰ ਬਰਾਦਰੀ ਡੋਗਰ ਬਰਾਦਰੀ ਤੇ ਭਾਈ ਸਾਹਿਬ ਤੁਸੀਂ ਕਦੋਂ ਤੇ ਕਿੱਥੇ ਪੈਦਾ ਹੋਏ ਅਸੀਂ ਪੈਦਾ ਹੋਏ ਜੀ ਰਾਜਫਰੀਦਕੋਟ ਮੋੜਾ ਬੁੱਟਰ ਸੰਧੂ ਵਾਲਾ ਆ ਨਜ਼ਦੀਕ ਮੁਬਾਰਾ ਕਿਲੀ ਸੰਗਰਾਉਰ ਇਹ ਪਿੰਡ ਸੀ ਨਾਲ ਨਾਲ ਤੇ ਜਿਹੜਾ ਤੁਹਾਡਾ ਜ਼ਿਲ੍ਹਾ ਸੀ ਉਹ ਕਿਹੜਾ ਸੀ ਜ਼ਿਲ੍ਹਾ ਫਰੀਦਕੋਟ ਰਾਜ ਫਰੀਦਕੋਟ ਬੜੀ ਮਸ਼ਹੂਰ ਸੀ ਰਾਜਾ ਰਾਜਾ ਫਰੀਦ ਕੋਟ ਬਾਬਾ ਫਰੀਦ ਸਾਹਿਬ ਦੇ ਨਾਂ ਤੇ ਬਣਿਆ ਸੀ ਫਰੀਦਕੋਟ ਬਾਬਾ ਫਰੀਦ ਸਾਹਿਬ ਰਮਟੋਲਾ ਕਿਸੇ ਵਾਰੀ ਗਏ ਸੀ ਉੱਥੇ ਕਿਸੇ ਟਾਈਮ ਜਦੋਂ ਹੈ ਸੀ ਤੇ ਉਦੋਂ ਫਿਰ ਬਾਬਾ ਸਾਹਿਬ ਨੇ ਬਾਬਾ ਸਾਹਿਬ ਨੇ ਬੁਲਾਇਆ ਗਿਆ ਸੀ ਰਾਜੇ ਨੇ ਕਿਸੇ وجہ ਤੋਂ ਬੜਾ ਜਵਾਨ ਕੱਦ ਬੜਾ ਸੀ ਬਾਬਾ ਸਾਹਿਬ ਦਾ ਬਾਫਰੀ ਸਾਹਿਬ ਦਾ ਰਮਤ ਲਾਜ ਦਾ ਤੇ ਉਹ ਉਹਨੂੰ ਜਦੋਂ ਬੁਲਾਇਆ ਗਿਆ ਤੇ ਉਹਨੂੰ ਫਿਰ ਤਾਵਿਆ ਦਿੱਤਾ ਇਹ ਬੜਾ ਵੱਡਾ ਬੜਿਓ ਅਜੀਬ ਗੱਲ ਏ ਤੇ ਉਹ ਜਦੋਂ ਚੱਕਿਆ ਤਾਵਿਆ ਸਿਰ ਤੇ ਨਹੀਂ ਆਂਦਾ ਸੀ ਤੇ ਉਹ ਕੋਈ ਬੰਦੇ ਚਾਹੀਦੇ ਸੀ ਲੰਮੇ ਲੰਮੇ ਉਹਨਾਂ ਵੇਖਿਆ ਬਾਬਾ ਸਾਹਿਬ ਦੇ ਉੱਤੇ ਤਾਵਿਆ ਟੁਰਿਆ ਆਂਦਾ ਏਡਾ ਉਹ ਫਿਰ ਦੱਸਿਆ ਆਪ ਸਰਕਾਰ ਨੇ ਉਹਨੂੰ ਫਿਰ ਬੜਾ ਨਾਮਕਰਮ ਬੜਾ ਪਿਆਰ ਕੀਤਾ ਬੜੀ ਮਾਫੀ ਮੰਗੀ ਰਾਜੇ ਨੇ ਉਹਨਾਂ ਦੇ ਅੰਦਰ ਫਰੀਦਕੋਟ ਬਣ ਗਿਆ ਸੀ ਰਾਜਾ ਰਾਸਤ ਫਰੀਦਕੋਟ ਤੁਹਾਡੇ ਪਿੰਡ ਦਾ ਕੀ ਨਾਮ ਜੀ ਬੁੱਟਰ ਸੰਧਵਾਲਾ ਰਾਜਾ ਫਰੀਦਕੋਟ ਇੱਕੋ ਜੀ ਸੰਧਵਾਲਾ ਬੁੱਟਰ ਬੁੱਟਰ ਚੱਕ ਸੀ ਬੁੱਟਰ ਚੱਕ ਬੁੱਟਰ ਬਜ਼ੁਰਗੋ ਇਸ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਜਿਹੜੇ ਚਾਰਚ ਫਿਰ ਆਸ-ਪਾਸੇ ਪਿੰਡ ਸੀ ਉਹ ਕਿਹੜੇ-ਕਿਹੜੇ ਉਹ ਮਸ਼ਹੂਰ ਪਿੰਡ ਸੀ ਉੱਥੇ ਕਿਲੀ ਸੰਗਰਾ ਹੋਰ ਬਿਮਾਰਾਂ ਹੈ ਜੀ ਗੁੱਜਰ ਚੱਕ ਗੁੱਜਰਾਂ ਦਾ ਪਿੰਡ ਸੀ ਉਹ ਤੇ ਇਸ ਤਰ੍ਹਾਂ ਕਿਲੀ ਇਸ ਤਰ੍ਹਾਂ ਪਿੰਡਾਂ ਦੇ ਨਾਂ ਜਿਹੜੇ ਨਾਲ-ਨਾਲ ਪਿੰਡ ਸੀ ਹੋਰ ਹਾਂਜੀ ਜਦੋਂ ਪਾਰਟੀਸ਼ਨ 1947 ਵਾਲਾ ਜਿਹੜਾ ਫਸਾਦات ਹੋਏ ਨੇ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਤਕਰੀਬਨ 7-8 ਸਾਲ ਦਾ ਸੀ ਮੈਂ ਮੈਂ ਤਾਂ ਵੱਡਾ ਪੜ੍ਹਦਾ ਸੀ ਮੈਂ ਸਕੂਲੇ ਨਹੀਂ ਜਾਂਦਾ ਸੀ ਤੇ 7-8 ਸਾਲ ਦਾ ਮੇਰੇ ਉਹ ਛੇੜੀ ਠੀਕ ਠਾਕ ਮੇਰਾ ਦੋਸਤ ਸੀ ਗਰਚਰਨ ਸਿੰਘ ਭੂਪ ਸਿੰਘ ਮੀਨ ਸਿੰਘ ਇਹਨਾਂ ਦਾ ਵਾਲਦ ਸੀ ਸਮਝ ਗੁਰਦੀਪਾ ਮੀਨ ਇਹ ਬੱਚਿਆਂ ਦੇ ਨਾਂ ਜਿਹੜੇ ਸੀ ਮੇਰੇ ਦੋਸਤ ਸੀ ਜਿਹੜੇ ਤੁਹਾਡੇ ہمسਾਇ ਸੀ ਤੁਹਾਡੇ ਮਹੱਲੇਦਾਰ ਸੀ ਤੁਹਾਡੇ ਨਾਲ-ਨਾਲ ਘਰ ਸੀ ਉਹਨਾਂ ਦਾ ਕੋਈ ਕੋਈ ਨਾਮ ਯਾਦ ਹਾਂ ਉਹਨਾਂ ਦੇ ਨਾਮ ਤਕਰੀਬਨ ਖਦਾਬਸ਼ਕ ਸੀ ਉਹਦੇ ਪੱਟੀ ਮੰਜੇ ਹੁੰਦਾ ਹੁੰਦਾ ਸਾਡੇ ਗਰੀਬ ਸੀ ਉਹਦੀ ਫਿਰ والدہ ਜਿਹੜੀ ਸੀ ਇੱਥੇ ਆਪਣੇ ਕੋਲੇ ਰਹਿੰਦੇ ਫੌਤ ਹੋ ਗਏ ਰਾਣੀ ਨਹੀਂ ਸੀ ਨਹੀਂ ਮੈਂ ਸਿੱਖਾਇਆ ਹਿੰਦੂ ਨਹੀਂ ਹਾਂ ਸਿੱਖਾ ਉਹ ਸੀ ਬਾਬਾ ਰੁਇਆ ਸਿੰਘ ਸਰਦਾਰ ਰੁਇਆ ਸਿੰਘ ਪਿੰਡ ਦਾ ਮਾਲਕ ਉਹਦਾ ਪੁੱਤਰ ਸੀ ਕੇਰ ਸਿੰਘ ਰਜੀਤ ਸਿੰਘ ਬਲਬੀਰ ਸਿੰਘ ਇਹ ਉਹਨਾਂ ਦੇ ਬੇਟੇ ਸੀ ਬਾਬੇ ਰੁਇਆ ਦੇ ਰੁਇਆ ਬਾਬਾ ਬੜਾ ਮਸ਼ਹੂਰ ਜਿਹਾ ਪਿੰਡ ਦਾ مالک ਸੀ ਅਸਲ ਉਹ ਤੇ ਪਿੰਡ ਦਾ ਨੰਬਰਦਾਰ ਕੌਣ ਸੀ ਨੰਬਰਦਾਰ ਇਹ ਸੀ ਬਾਬਾ ਰੁਈਆ ਤੇ ਕੇਰ ਸਿੰਘ ਇਹਦਾ ਪੁੱਤਰ ਸੀ ਦੋ ਨੰਬਰਦਾਰ ਸੀ ਦੂਸਰੇ ਨੰਬਰਦਾਰ ਦਾ ਕੀ ਨਾਮ ਸੀ ਕੇਰ ਸਿੰਘ ਕੇ ਉਹ ਹਾਂਜੀ ਹਾਂਜੀ ਇਹਨਾਂ ਕੇ ਪਿਓ ਪੁੱਤਰ ਦੋਵੇਂ ਨੰਬਰਦਾਰ ਆ ਪਿਓ ਪੁੱਤਰ ਦੋਵੇਂ ਨੰਬਰਦਾਰ ਇੱਕ ਪਤਨੀ ਉਹਦੇ ਕੋਲ ਸੀ ਕੋਲੇ ਇੱਕ ਪੁੱਤਰ ਕੋਲ ਤੇ ਪਿੰਡ ਦੀਆਂ ਟੋਟਲ ਦੋ ਹੀ ਪਤਨੀਆਂ ਸੀ ਆ ਦੋ ਪਤਨੀਆਂ ਪਿੰਡ ਛੋਟਾ ਹੀ ਸਾਬ ਨਾ ਸੀ ਸਿੱਖਾਂ ਦਾ ਪਿੰਡ ਸਾਰਾ ਹੋ ਟੋਟਲ ਪਿੰਡ ਦੀ ਆਬਾਦੀ ਕਿੰਨੀ ਸੀ ਤਕਰੀਬਨ ਥੋੜੀ ਸੀ ਆਬਾਦੀ ਜਿਹੜੀ ਹੈ ਜਿਆਦਾ ਜਿਆਦਾ ਵੀ ਤਾਂ 40-50 ਹਜ਼ਾਰ ਤਕਰੀਬਨ 40 50 ਹਜ਼ਾਰ ਤੇ ਬੜੀ ਵੱਡੀ ਭਾਦੀ ਨਾ 40 50 100 40 66 ਠੀਕ ਹੋ ਗਿਆ 40 50 450 456 450 ਤੇ 450 ਜੀ ਜੀ ਸਹੀ ਤੇ ਹੋਰ ਜਿਹੜੇ ਤੁਹਾਡੇ ਆਪਣਾ ਯਾਰ ਦੋਸਤ ਪਿੰਡ ਦੇ ਵਿੱਚ ਤੁਹਾਡੇ ਪਿੰਡ 'ਚ ਸਕੂਲ ਹੈ ਸੀ ਸਕੂਲ ਹੈ ਸੀ ਕਿੰਵੀਂ ਜਮਾਤ ਤੱਕ ਪੰਜ ਪੰਜ ਜਮਾਤ ਤੱਕ ਭਾਜੀ ਜਮਾਤ ਤੱਕ ਦਾ ਦਾ ਪੁੱਤਰ ਪੜਿਆ ਚਾਰ ਜਮਾਤਾਂ ਭਾਈ ਮੇਰਾ ਦੋ ਪੜਿਆ ਸੀ ਖੁਸ਼ੀ ਡੋਗਰ ਮੇਰੇ ਨਾਲ ਮਮਸ਼ਰੀ ਹੈ ਉਹ ਪੜਿਆ ਦੋ ਮੈਂ ਸਕੂਲੇ ਨਹੀਂ ਗਿਆ ਸੀ ਵੰਜੇ ਦੋਸਤ ਸੀ ਮੇਰੇ ਸਿੱਖ ਦੋਸਤ ਤਿੰਨ ਦੋਸਤ ਸੀ ਮੀਨ ਮੀਨ ਸਿੰਘ ਗਰਚਾਨੂ ਸਿੰਘ ਭੂਪ ਸਿੰਘ ਭੂਪ ਸਿੰਘ ਇਹ ਤਿੰਨ ਬੱਚੇ ਸਿੱਖ ਮੇਰੇ ਦੋਸਤ ਸੀ ਜੋਂ ਇਸ ਸਰਦਾਰ ਜੀ ਇਸ ਜਿਹੜੀ ਵੀਡੀਓ ਬਣਾ ਰਹੇ ਹਨ ਇਹ ਤੁਹਾਡੇ ਪਿੰਡ ਇਨਸ਼ਾਅੱਲਾ ਇੱਕ ਹਫ਼ਤੇ ਬਾਅਦ ਜਿਹੜੀ ਵੀਡੀਓ ਤੁਹਾਡੀ ਗੱਲਬਾਤ ਤੁਹਾਡੇ ਪਿੰਡ ਪਹੁੰਚ ਜਾਣੀ ਹੈ ਮਾਸ਼ਾਅੱਲਾ ਮਾਸ਼ਾਅੱਲਾ ਠੀਕ ਹੈ ਠੀਕ ਹੋ ਗਿਆ ਜਿਹੜੇ ਤੁਹਾਡੇ ਤੁਸੀਂ ਆਪਣੇ ਦੋਸਤਾਂ ਦੇ ਨਾਮ ਲੈਨੇ ਅਗਰ ਉਹ ਜ਼ਿੰਦਾ ਹੋਏ ਤੇ ਉਹਨਾਂ ਵੀ ਵੇਖ ਲੈਣੀ ਅਗਰ ਉਹ ਜ਼ਿੰਦਾ ਨਾ ਹੋਏ ਤੇ ਉਹਨਾਂ ਦੀ ਔਲਾਦ ਜ਼ਰੂਰ ਵੇਖ ਲੇਗੀ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਹਾਂ ਇਨਸ਼ਾਅੱਲਾ ਉਹਨਾਂ ਨੂੰ ਆਖਾਂਗੇ ਜੀ ਅਸੀਂ ਇਹ ਜਮਾਲਦੀਨ ਡੋਗਰ ਮੁਹੰਮਦ ਅਕਬਾਲ ਡੋਗਰ ਇਹਨਾਂ ਦੇ ਵੱਡੇ ਬਾਬਾ ਰੁਈਆ ਜਿਹੜਾ ਇਹਨਾਂ ਦਾ ਵੱਡਾ ਬੜਾ ਬੰਦਾ ਚੰਗਾ ਸੀ ਰੋਜ਼ਿਆਂ ਦਾ ਟਾਈਮ ਉਠਾਣਾ ਉਹਨੇ ਰੋਜ਼ਿਆਂ ਵਾਲਿਆਂ ਨੂੰ ਖਰਚਾ ਦੇਣਾ ਸਿੱਖ ਨੇ ਬਾਬਾ ਬਾਬਾ ਰੁਈਆ ਸਿੰਘ ਨੇ ਉਹ ਇਹਨਾਂ ਦਾ ਪਰਦਾਦਾ ਜਿਹੜੇ ਜੇ ਕੋਈ ਜਿੰਦਾ ਹੋਇਆ ਹੁਣ ਤਾਂ ਹਾਂਜੀ ਤੇ ਅਗਰ ਨਾ ਵੀ ਜਿੰਦਾ ਹੋਇਆ ਔਲਾਦ ਤੇ ਉਹਨਾਂ ਦੀ ਜ਼ਰੂਰ ਜਿੰਦਾ ਹੋਏਗੀ ਬਿਲਕੁਲ ਨਾ ਉਹਨਾਂ ਦਾ ਬਲਬੀਰ ਸਿੰਘ ਬੜਾ ਨਾਂ ਸੀ ਬਲਬੀਰ ਸਿੰਘ ਤੇ ਉਹਨਾਂ ਨੂੰ ਸੁਣਿਆਇ ਜਾਣਾ ਚਾਹੁੰਦੇ ਵੀ ਅਸੀਂ ਕੈਂਚੀ ਅਮਰਸਿੱਧੂ ਨੌਰ ਰਹਿੰਦੇ ਆ ਤੁਸੀਂ ਨਨਕਾਣਾ ਸਾਹਿਬ ਆਉਂ ਜਾਂ ਕਿਸੇ ਆਉਂ ਉਹ ਇੱਥੇ ਸ਼ਫੀ ਡੋਗਰ ਦਾ ਨਾਮ ਪੁੱਛੋ ਲਾਹੌਰਾਨ ਕੀ ਚੁੰਗੀ ਕੈਂਚੀ ਅਮਰਸਿੱਧੂ ਚੁੰਗੀ ਅਮਰਸਿੱਧੂ ਕਿਸੇ ਤੋਂ ਪੁੱਛੋ ਸ਼ਫੀ ਡੋਗਰ ਖੁਸ਼ੀ ਡੋਗਰ ਬਾਲੇ ਦੇ ਪੁੱਤਰ ਅਖਬਾਲ ਨਾਂ ਸੀ ਤੇ ਬਾਲਾ ਬਾਲਾ ਅੰਦ ਅਸੀਂ ਬਾਲਾ ਸਾਹਿਬ ਨੂੰ ਉਹ ਕੋਈ ਮਸਲਾ ਨਹੀਂ ਹਾਈ ਸਾਹਿਬ ਜਿਹਨਾਂ ਸਾਡੀ ਵੀਡੀਓ ਉੱਥੇ ਜਾਣੀ ਉਹ ਸਾਡੇ ਨਾਲ ਰਾਬਤਾ ਕਰ ਲੈਣਗੇ ਅਸੀਂ ਤੁਹਾਡਾ ਨੰਬਰ ਜਿਹੜਾ ਨਾ ਜੀ ਉਹਨਾਂ ਨੂੰ ਦੇ ਦੇਵਾਂਗੇ ਅਸੀਂ ਕੋਈ ਗੱਲ ਨਹੀਂ ਨੰਬਰ ਤੁਹਾਡਾ ਪਹੁੰਚ ਜਾਏਗਾ ਅਗਰ ਉਹ ਆਉਣਾ ਚਾਹਣ ਤੇ ਹਾਂ ਦੇ ਜਿਹਨ ਕਾਨੂੰਨ ਸਾਹਿਬ ਆਂਦੇ ਨੇ ਬੜੀ ਚੰਗੀ ਗੱਲ ਹੈ ਤਾਂ ਹੁਣ ਤਾਂ ਬੜਾ ਪਿਆਰ ਕਰਾਂਗੇ ਉਹਨਾਂ ਨਾਲ ਬਹੁਤ ਪਿਆਰ ਕਰਾਂਗੇ ਸਾਡੇ ਬੜੇ ਪਿਆਰ ਵਾਲੇ ਖੱਤ ਸੰ ਸੰਪੈਣ ਤੱਕ ਬੜਾ ਭੇਜਦੇ ਰਹੇ ਨੇ ਬਲਬੀਰ ਸਿੰਘ ਗਰਜੀਪ ਸਿੰਘ ਮੀਨ ਸਿੰਘ ਖੱਤ ਭਾਂਦੇ ਰਹੇ ਨੇ ਬੜਾ ਬੜੇ ਖੱਤ ਮੇਰੇ ਵਾਲਦ ਸਾਹਿਬ ਮੇਰੇ ਤਾਈ ਕੋਲ ਆਂਦੇ ਨੇ ਚੌੜਫੋਗਰਾ ਥਾਣਾ ਨੂਰ ਸ਼ਾਹ ਸਹੀਵਾਲ ਚ ਅੱਛਾ ਪਾਰਟੀ ਤੋਂ ਬਾਅਦ ਤੁਹਾਨੂੰ ਪਿੱਛੋਂ ਚਿੱਠੀਆਂ ਆਉਂਦੀਆਂ ਨੇ ਹਾਂ ਚਿੱਠੀਆਂ ਬੜੀਆਂ ਆਉਂਦੀਆਂ ਨੇ ਸੰਪੈਣ ਤੱਕ 65 ਤੋਂ ਵਿੱਚ ਬੰਦ ਹੋ ਗਈਆਂ ਫਿਰ ਭਾਈ 65 ਤੋਂ ਬਾਅਦ ਸਿਰ ਹਾਲਾਤ ਖਰਾਬ ਹੋ ਗਏ ਨੇ ਖਰਾਬ ਹੋ ਗਏ ਫਿਰ ਚਿੱਠੀ ਨਹੀਂ ਆਈ ਦਿਨ ਰਾਤ ਚਿਠੀਆਂ ਆਉਂਦੇ ਸੀ ਇਹਨਾਂ ਨਾਲ ਬੜਾ ਪਿਆਰ ਸੀ ਸਾਡਾ ਬੜੇ ਅਸੂਲਾਂ ਵਾਲੇ ਸੀ ਸਰਦਾਰੇ ਬੜੇ ਅਸੂਲਾਂ ਵਾਲੇ ਸੀ ਇਹਨਾਂ ਖਿਆਲ ਰੱਖਣਾ ਬੀਬੀਆਂ ਦਾ ਅਸੀਂ ਨਾ ਹੁਣ ਸਾਡੇ ਬੰਦਿਆਂ ਤੇ ਪਾਰਾਂ ਦੇਣਾ ਇਹਨਾਂ ਨੇ ਬੜੇ ਨਾਲੇ ਬੰਦੇ ਸੀ ਬੜੇ ਅਸੂਲਾਂ ਵਾਲੇ ਬੜੇ ਰੋਏ ਇਹਨਾਂ ਨੂੰ ਅਸੀਂ ਮੱਝਾਂ ਗਾਵਾਂ ਦੇ ਆਏ ਇਹਨਾਂ ਨੂੰ ਘਰ ਦੇ ਆਏ 500 ਮਣ ਕਣਕ ਸਾਦੀ ਸੀ 5 300 ਮਣ ਮੇਰੇ ਤਾਇਕੀ ਇਹਨਾਂ ਦੇ ਸਪੁੱਤ ਕਰ ਰਹੇ ਬੜਾ ਸਾਨੂੰ ਆਦਰ ਨਾਲ ਆਜੋ ਲੈ ਜਾਓ ਸੇ ਕੋਈ ਗੱਲ ਨਹੀਂ ਸਰਦਾਰ ਸਾਹਿਬ ਤੁਹਾਡੇ ਕੋਲੇ ਕੀ ਸਾਡੇ ਕੋਲੇ ਕੀ ਇਸ ਤਰ੍ਹਾਂ ਆਂਦੇ ਰਹਿੰਦੇ ਪਿੰਡ ਕਿਹੋ ਜਿਹਾ ਸੀ ਜੀ ਪਿੰਡ ਬਹੁਤ ਅੱਛਾ ਸੀ ਬਾਕੀ ਉਦੋਂ ਪੱਕੇ ਮਕਾਨ ਬਹੁਤ ਘੱਟ ਸੀ ਉਦੋਂ ਪੱਕੇ ਮਕਾਨ ਘੱਟ ਸੀ ਸਾਡਾ ਬਾਹਰਵਾਰ ਵੇਲੀ ਸੀ ਮੈਨੂੰ ਯਾਦ ਆਉਂਦਾ ਤੇ ਇੱਕ ਦੋ ਅੰਦਰਵਾਰ ਸੀ ਵੱਡਾ ਘੇੜ ਤੇ ਛੋਟਾ ਘੇੜ ਇੱਕ ਬਾਹਰ ਰੱਖਿਆ ਸੀ ਪਿੰਡ ਤੋਂ ਬਾਹਰਲੇ ਬਸੇ ਸੀ ਨਾ ਵੀ ਡੇਰਾ ਇਸ ਸਰਦਾਰਾਂ ਦਾ ਇਹਨਾਂ ਦਾ ਸਰਦਾਰ ਜੀ ਪਿੰਡ ਦੇ ਵਿੱਚ ਮਸਜਿਦ ਹੈ ਸੀ ਮਸਜਿਦ ਛੋਟੀ ਜੀ ਹੈ ਸੀ ਜਦੋਂ ਅਜ਼ਾਨ ਹੋਣੀ ਡੇਰੇ ਕੋਲੇ ਬਾਬਾ ਰੁਲੀਆ ਨੂੰ ਅੱਲਾਹ ਰਹਿਮਤ ਕਰੇ ਉਹਨਾਂ ਦੇ ਉਹਨੂੰ ਚੁਪਕਰਾ ਦੇਣਾ ਸਰਦਾਰ ਨੇ ਚੁੱਪ ਕਰ ਜੋ ਮੀਆਂ ਰੋ ਦੀ ਅਜ਼ਾਨ ਹੁੰਦੀ ਵੀ ਸਪੀਕਰ ਦਾ ਨਹੀਂ ਹੁੰਦਾ ਸੀ ਐਵੇਂ ਅਜ਼ਾਨ ਹੁੰਨੇ ਚੁੱਪ ਭਈ ਚੁੱਪ ਚੁੱਪ ਮੀਆਂ ਦੀ ਅਜ਼ਾਨ ਹੁੰਦੀ ਛੋਟੀ ਜਿਹੀ ਮਸਤੀ ਸੀ ਤੇ ਮਾਸ਼ਾ ਅੱਲਾਹ ਰੋਜ਼ ਹੀ ਉੱਥੇ ਰੱਖਦੇ ਇਤਰਾ ਮੀਆਂ ਬੜਿੰਦੀਆਂ ਸੀ ਮੁਸਲਮਾਨਾਂ ਦੇ ਘਰ ਆਏ 10 15 ਗਰੀਬ ਸੀ ਮਾਲਕ ਸਿਰ ਉੱਥੇ ਇਹ ਅਕਮਾਲ ਤੇ ਜਮਾਲਦੀਨ ਤੇ ਬਾਬਾ ਲੱਖਾ ਸਾਡਾ ਮੇਰਾ ਯਾਨੀ ਕਿ ਤੁਹਾਡੀ ਫੈਮਿਲੀ ਜ਼ਿਮੀਂਦਾਰ ਜ਼ਿਮੀਂਦਾਰਾ ਸੀ ਬਾਕੀ ਮੁਸਲਮਾਨ ਗਰੀਬ ਸੀ ਮੈਂ ਤਾਂ ਮੁੰਤਾ ਕਰਦੇ ਸੀ ਯਾਨੀ ਕਿ ਮਜ਼ਦੂਰ ਜਿੱਦਾਂ ਆਪਣੇ ਪਿੰਡਾਂ 'ਚ ਕੰਮ ਕਰਦੇ ਹਾਂ ਹਾਂਜੀ 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 ਇਹਨਾਂ ਨੂੰ ਪਤਾ ਲੋਕਾਂ ਨੂੰ ਜਿਹੜੇ ਕੋ ਹੁਣ ਜੀਂਦੇ ਨੇ 100 ਕਿੱਲਾ ਜ਼ਮੀਨ ਦੀ ਸਾਡੀ ਮੇਰੇ ਮਾਮੇ ਉਹਨਾਂ ਦੀ 60 ਕਿੱਲੇ ਤੇ 40 ਸਾਡੀ ਜਿਪਾਲੇ ਜਮਾਲੇ ਦੀ ਪਿੰਡ ਦੇ ਵਿੱਚ ਗੁਰਦੁਆਰੇ ਵੀ ਹੈ ਸਨ ਗੁਰਦੁਆਰਾ ਵੀ ਹੈ ਸੀ ਇੱਕ ਸਾਈਡ ਦੇ ਉੱਤੇ ਬੜਾ ਤੇ ਉਹਨੂੰ ਬੜਾ ਇਹ ਸਮਝ ਬਾਬਾ ਰੁਲਿਆ ਦੇ ਹੱਥੀਂ ਤਾਰਵੇਂ ਮਾਲਾ ਫੇਰਦਾ ਰਹਿੰਦਾ ਸੀ ਇਹਨਾਂ ਦਾ ਵੱਡਾ ਜਿਹੜਾ ਸੀ ਨਾ ਜੀ ਇਹ ਗੁਰਦੁਆਰੇ ਦਾ ਜਿਹੜਾ ਕੰਟਰੋਲ ਆ ਬਾਬਾ ਰੁਲਿਆ ਰਾਮ ਕੋਲ ਬਾਬਾ ਰੁਲਿਆ ਕੋਲ ਬਾਬਾ ਸਰਦਾਰ ਰੁਲਿਆ ਜਿਹੜਾ ਸੀ ਨਾ ਇਹਨਾਂ ਦਾ ਵੱਡਾ ਉਹ ਸੀ ਮਤਲਬ ਮਤਲਬ ਸਿੰਘ ਦਾ ਪਿਓ ਪੀਰੇ ਸਿੰਘ ਦਾ ਪਿਓ ਇਹਨਾਂ ਦਾ ਨਾ ਵੰਡਾ ਬਾਬਾ ਰੁਈਆ ਸੀ ਇਹਨਾਂ ਦਾ ਬੜੇ ਨਾਲ ਦੀ ਪੱਕ ਬੰਨੀ ਹੁੰਦੀ ਸੀ ਬੜਾ ਮਨ ਜਿਸਤਾਨ ਦਾ ਵੇਨਾ ਮੈਂ ਬੜਾ ਅੱਛਾ ਲੋਕ ਸੀ ਬਹੁਤ ਅੱਛੇ ਲੋਕ ਸੀ ਤੇ ਉਥੋਂ ਦੇ ਜਿਹੜੇ ਤੁਹਾਡੇ ਦੋਸਤ ਸਨ ਸਿੱਖ ਉਹਨਾਂ ਦੇ ਨਾਲ ਤੁਸੀਂ ਮਿਲ ਕੇ ਕਦੀ ਗੁਰਦੁਆਰੇ ਵੀ ਗਏ ਹੋ ਹਾਂ ਜਰਦਨ ਸਾਹਿਬ ਬਿਲਕੁਲ ਜਾਣਦੇ ਸਾਂ ਉਦੋਂ ਗੁਰਦੁਆਰੇ ਜਾਣਦੇ ਸਾਂ ਬੜਾ ਮਾਸ਼ਾਅੱਲਾ ਤੇ ਉਹ ਜਿਹੜਾ ਗੁਰਦੁਆਰਿਆਂ ਦੇ ਵਿੱਚ ਲੰਗਰ ਪੱਕਦਾ ਉਹ ਹਲਵੇ ਪਾਕੇ ਦਿੰਦੇ ਤੁਸੀਂ ਖਾ ਲੈਂਦੇ ਹੁੰਦੇ ਅਸੀਂ ਖਾ ਲੈਂਦੇ ਨਾਲ ਕੇ ਉਹ 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 ਜਿਹੜੇ ਸੀਟਾਂਸ ਲੋਕ ਉਹਨਾਂ ਨੂੰ ਹੋਰ ਕੋਈ ਲਾਉਂਦਾ ਸੀ ਦਾ ਹੱਥ ਤੇ ਉਹਨਾਂ ਨੂੰ ਸਾਣਾ ਖਾਣਾ ਪਿਟਿਆ ਗਿਆ ਸਾਡਿਆਂ ਸਾਨੂੰ ਨੀਆਂ ਦੇ ਸਾਡੇ ਨੇ ਪਿਆਰ ਸੇ ਅਸੀਂ ਹੱਥ ਲਾਈ ਜਾਣੇ ਖਾਣੇ ਨੂੰ ਉਹਨਾਂ ਦੇ ਰੋਟੀ ਨੂੰ ਹੱਥ ਲਾ ਦੇਣਾ ਬਸ ਵੀ ਅਸੀਂ ਨਹੀਂ ਖਾਣਾ ਮੁਸਲਮਾਨ ਨੇ ਹੱਥ ਲਾ ਤਾ ਵੀ ਇਹ ਗਾਂ ਖਾਂਦੇ ਨੇ ਅੱਛਾ ਅੱਛਾ ਗਾਂ ਖਾਂਦੇ ਨੇ ਵੀ ਆਰਾਮ ਖਾਂਦੇ ਬਰ ਅ ਉਹ ਸਾਡੇ ਨਾਲ ਬੜਾ ਖਾਣਾ ਪੀਣਾ ਕਰੇ ਸਾਡੇ ਨਾਲ ਉਹਨਾਂ ਨਾਲ ਬੜਾ ਖੁੱਲਾ ਕੰਮ ਸੀ ਮਾਸ਼ਾਅੱਲਾ ਬੰਦ ਕਰੀ ਜਰਾ ਮਾਸ਼ਾਅੱਲਾ ਜੀ ਅੱਜ ਫੇਰ ਦੁਬਾਰੇ ਆਪਣੀ ਰਵਾਇਤ ਨੂੰ ਤਾਜ਼ਾ ਕਰਦੇ ਆਂ ਟੀਮ ਸਾਡਾ ਦੇਸ਼ ਪੰਜਾਬ ਚੈਨਲ ਵਾਲੀ ਪਹੁੰਚੀ ਗਾਜ਼ੀ ਰੋਡ ਤੇ ਔਰ ਗਾਜ਼ੀ ਰੋਡ ਤੇ ਸਾਡੇ ਅੱਜ ਦੇ ਮਹਿਮਾਨ ਹਾਜੀ ਸ਼ਫੀ ਡੋਗਰ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਲੱਗੀ ਨਜ਼ਰ ਪੰਜਾਬ ਨੂੰ ਵੰਡ ਹੋ ਗਈ ਕਈ ਅੱਖਿਓਂ ਪਰੇ ਪਰਿਵਾਰ ਹੋ ਗਏ ਹੋਇਆ ਜ਼ੁਲਮ ਮਹਾਜਰਾਂ ਨਾਲ ਵੱਡਾ ਇੱਕ ਦੂਜੇ ਤੋਂ ਵੱਖਰੇ ਯਾਰ ਹੋ ਗਏ ਹੱਥਾਂ ਨਾਲ ਬਣਾਏ ਘਰ ਛੱਡੇ ਜਿਹੜੇ ਵੇਖਣ ਤੋਂ ਆਵਾਜ਼ ਆਰ ਹੋ ਗਈ ਕਈ ਮੌਤ ਨੇ ਮੂੰਹ ਦੇ ਵਿੱਚ ਪਾ ਲਏ ਕਈ ਨਾਲ ਵਿਛੋੜੇ ਬਿਮਾਰ ਹੋ ਗਏ ਵਿਛੋੜਾ ਇੱਕ ਇਹੋ ਜੀ ਚੀਜ਼ ਆ ਕਿ ਜਿਹਦੇ ਜ਼ਖਮ ਸਾਰੀ ਜ਼ਿੰਦਗੀ ਨਹੀਂ ਮਿਟਦੇ ਸੁਣਿਆ ਸੀ ਕਿ ਕੁਹਾੜੀ ਦਾ ਜ਼ਖਮ ਮਿਟ ਜਾਂਦਾ ਗੱਲ ਦਾ ਨਹੀਂ ਮਿਟਦਾ ਪਰ ਹੁਣ ਸਾਬਤ ਹੁੰਦਾ ਕਿ ਗੱਲ ਦਾ ਜ਼ਖਮ ਵੀ ਮਿਟ ਗਿਆ ਲੇਕਿਨ ਵਿਛੋੜੇ ਦਾ ਜ਼ਖਮ ਨਹੀਂ ਮਿਟਦਾ ਇਹ ਸਾਡੇ ਮਹਿਮਾਨ ਹਾਈ ਸਾਹਿਬ ਇਹਨਾਂ ਆਪਣੀ ਜ਼ਿੰਦਗੀ ਕਿੱਥੇ ਗੁਜ਼ਾਰੀ ਆ ਔਰ ਅੱਜ ਵੀ ਇਹਨਾਂ ਦੇ ਅਹਿਸਾਸ ਕੀ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੋਂ ਹਾਈ ਸਾਹਿਬ ਦੱਸਣਾ ਜ਼ਰਾ ਕਿਹੜਾ ਸੀ ਪਿੰਡ ਤੁਹਾਡਾ ਸਰਦਪੰਨ ਸਿੰਘ ਜੀ ਬੁੱਟਰ ਸੰਧਵਾਲਾ ਰਿਆਸਤ ਫਰੀਦਕੋਟ ਚ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਹਾਂਜੀ ਤੇ ਬੁੱਟਰ ਬੜਾ ਮਸ਼ਹੂਰ ਸੀ ਉਹ ਸੰਧਵਾਲਾ ਵਜਦਾ ਸੀ ਸਰਦਾਰ ਰਿੰਦੇ ਸੀ ਉੱਥੇ ਤੇ ਯਾ ਸਾਡੇ ਘਰ ਸੀ ਹੋਰ ਵੀ ਮੁਸਲਮਾਨਾਂ ਦਾ ਐ ਸੀ ਮਾਲਕ ਮਾਲਕ ਅੱਲਾਹ ਕਰੀਮ ਨੇ ਬਣਾਇਆ ਸੀ ਉੱਥੇ ਜਮਾਲਦੀਨ ਡੋਗਰ ਨੂੰ ਮੁਮਟ ਅਕਬਾਲ ਨੂੰ ਵੱਲਗਾਮਾ ਸੀ ਸਾਡਾ ਦਾਦਾ ਹਾਂਜੀ ਤੇ ਹਾਈ ਸਾਹਿਬ ਤੁਸੀਂ ਆਪਣੇ ਘਰ ਦੀ ਕੋਈ ਖਾਸ ਨਿਸ਼ਾਨੀ ਦੱਸੋ ਤੁਹਾਡਾ ਘਰ ਕਿੱਥੇ ਸੀ ਤਾਂ ਕਿ ਪਤਾ ਚੱਲ ਜੇ ਸਾਡਾ ਘਰ ਸੀ ਜੀ ਡੇਰਾ ਸੀ ਇਹਨਾਂ ਦਾ ਬਾਬੇ ਰੁਲੀਆ ਦਾ ਉਹਨੂੰ ਬਿਲਕੁਲ ਸਾਹਮਣੇ ਦਖਣ ਵਾਲੇ ਪਾਸੇ ਅੱਛਾ ਪਿੰਡ ਤੋਂ ਪਿੰਡ ਆ ਪਿੰਡ ਤੋਂ ਦਖਣ ਵਾਲੇ ਪਾਸੇ ਤੇ ਨਾਲ ਹੀ ਸਮਝੋ ਉਧਰ ਜਿਹੜਾ ਪਿੰਡ ਸੀ ਉਹ ਸੰਗਰਾਉੜ ਉਹਨੂੰ ਕਹਿੰਦੇ ਹੁੰਦੇ ਸੀ ਉਦੋਂ ਉਹ ਦਿਸਦਾ ਹੁੰਦਾ ਸੀ ਉਦੋਂ ਸਾਡੇ ਪਿੰਡ ਚੋਂ ਅੱਛਾ ਅਸਾਂ ਦਾ ਪਿੰਡ ਉੱਚੀ ਥਾਂ ਤੇ ਸੀ ਤੇ ਨੀਵੀਂ ਸਾਹ ਸੰਗਰਾਉੜ ਦਿਸਦਾ ਸੀ ਅੱਛਾ ਚੱਲਦੇ ਚ ਗੁੱਜਰ ਸੀ ਲੈਂਦੇ ਚ ਚੋਕ ਸੀ ਪਿੰਡ ਤੇ ਦੱਖਣ ਵਾਲੇ ਪਾਸੇ ਸੰਗੜਾ ਉਰ ਸੀ ਉੱਥੇ ਮੇਰੀ ਅਮਸ਼ੀਰਾ ਸੀ ਉਹਦੀ ਸ਼ਾਦੀ ਹੋਈ ਸੀ ਹਾਈ ਸਾਹਿਬ ਜਦੋਂ ਇਹ ਪਹਾਣਾ ਵਰਤਿਆ 47 ਦਾ ਤੇ ਉਦੋਂ ਤੁਸੀਂ ਕਿਸ ਤਰ੍ਹਾਂ ਉੱਥੋਂ ਨਿਕਲ ਕੇ ਆਏ ਉਹ ਥੋੜਾ ਜਿਹਾ ਉਹ ਉਹ ਇਸ ਤਰ੍ਹਾਂ ਨਿਕਲੇ ਜੀ ਸਾਡੇ ਗੱਡੇ ਸੀ ਦੋ ਦੋ ਉੱਠ ਸੀ ਚਾਰ ਢੱਗੇ ਸੀ ਉਹ ਫਿਰ ਇੱਕ ਮੇਰੇ ਤਾਜ ਦਾ ਢੱਗਾ ਇੱਕ ਸਾਡਾ ਢੱਗਾ ਦੋ ਢੱਗੇ ਜੋੜ ਲਿਆ ਸੀ ਗੱਡ ਜੋੜ ਲਈ ਗੱਡ ਦੇ ਉੱਤੇ ਸਮਾਨ ਰੱਖ ਲਿਆ ਕੋਈ ਸਮ ਜੋੜਖਾਨ ਪਿੰਨਾਂ ਦਾ ਕੋਈ ਦਾਣਾ ਫੱਕਾ ਕੋਈ ਆਟਾ ਵਗੈਰਾ ਕੋਈ ਦਾਲਾ ਸ਼ਾਲਾ ਨਾਲ ਬੱਚੇ ਦੇ ਵਡੇਰੇ ਬਿਠਾ ਲੈ ਉਹ ਗੱਲ ਦੇ ਉਹਨੂੰ ਟੋੜ ਲੈ ਨਾਲ ਵੱਡੇ ਜਿਹੜੇ ਸੀ ਨਾਲ ਟੁਰ ਪਏ ਐਵੇਂ ਗਏ ਸੀ ਵੀ ਐਵੇਂ ਜਾਣਾ ਉੱਥੇ ਕੱਲ ਆ ਜਾਣਾ ਜਾਂ ਪਰਸੋਂ ਇਹ ਤਾਂ ਪਤਾ ਹੀ ਨਹੀਂ ਸੀ ਇਹ ਨਹੀਂ ਪਤਾ ਸੀ ਵੀ ਉਧਰ ਹੀ ਜਾਣਾ ਜਾਂ ਪਾਕਿਸਤਾਨ ਬਣਨਾ ਜਾਂ ਕੋਈ ਕੋਈ ਪਤਾ ਨਹੀਂ ਸੀ ਵੀ ਦੂਸਰੇ ਪਿੰਡ ਚੱਲੇ ਆ ਦੋ ਚਾਰ ਦਿਨ ਹਫੜਾ ਦਫੜੀ ਪਈ ਫਿਰ ਵਾਪਸ ਆ ਜਾਣਾ ਤੇ ਸਰਦਾਰ ਰੁਜੀਏ ਦੀ ਔਲਾਦ ਨੂੰ ਅਸੀਂ ਸਪੁਰਦਿਤ ਕਰਤਾ ਆਪਣੇ ਹੱਥਾਂ ਸਾਰਾ ਕੋਈ ਮਾਲ ਨਗਰ ਮੱਝਾ گاਵਾ ਉੱਥੇ ਸਾਰੇ ਉਹਨਾਂ ਨੂੰ ਫੜਾ ਦੇ ਨੋ ਨੋ ਲਓ ਜੀ ਅੱਲਾ ਜੀਪੁਰਦ ਅਸੀਂ ਚੱਲੇ ਆਂ 2-4 ਦਿਨ ਵਾਸਤੇ ਤੇ ਫਿਰ ਅਸੀਂ ਆ ਜਾਨੇ ਆ ਤੇ ਉਥੋਂ ਟੁਰੇ ਆਂ ਅਸੀਂ ਗੱਡੇ ਲੈ ਕੇ ਤੇ ਅੱਗੋਂ ਫਿਰ ਅੱਲਾ ਜੀਪੁਰਦ ਤੋਂ ਟੁਰਦੇ ਟੁਰਦੇ ਅਸੀਂ ਇੱਥੇ ਬਾਬਾ ਕਮਾਲ ਚੀਸੀ ਰਹਿਮਤ ਵਾਲਾ ਕਸੂਰਾ ਆ ਗਿਆਂ ਕਸੂਰਾ ਇੱਥੇ ਬੜਾ ਬੰਦੇਰਾ ਠਹਿਰ ਗਿਆ ਇੱਥੇ ਬੜੀਆਂ ਫੌਤਗੀਆਂ ਹੋਈਆਂ ਮੇਰਾ ਭਾਈ ਵੀ ਫੌਤ ਹੋਇਆ ਇੱਕ ਪਤੀਜਾ ਫੌਤ ਹੋਇਆ ਬਾਬਾ ਕਮਾਲ ਚੀਸੀ ਰਹਿਮਤ ਵਾਲੇ ਤੇ ਹਾਲਾਤ ਐ ਜਿਸ ਜਿਹੜੇ ਇਕੱਠੇ ਹੋ ਜਾਂਦੇ ਜਦੋਂ ਫੌਤ ਹੋ ਜਾਂਦੇ ਸੀ ਉਹਨਾਂ ਨੂੰ ਫਿਰ ਫਬਦੀ ਆਂਦੇ ਸੀ ਤੇ ਉਹਨਾਂ ਨੂੰ ਕ੍ਰੇਨ ਨਾਲ ਟੋਇਆ ਕੱਢ ਕੇ ਵਿੱਚ ਲਾਸ਼ਾਂ ਸੱਡ ਦਿੰਦੇ ਸੀ ਉੱਤੋਂ ਮਿੱਟੀ ਬਾ ਦੇਂਦੇ ਸੀ ਅ اچھا ਤੁਸੀਂ ਇਹ ਦੱਸੋ ਕਿ ਜਿਹੜੇ ਫੌਤ ਸਿੱਖਾਂ ਨੇ ਮਾਰੇ ਸੀ ਜਾਂ ਨਹੀਂ 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 ਮਾਰੇ ਕੋਈ ਨਹੀਂ ਸੀ ਉਹਨਾਂ ਨੂੰ ਹੈਜਾ ਬਿਮਾਰੀ ਪੈ ਗਈ ਸਹਜੇ ਨਹੀਂ ਉਹ ਪਾਣੀ ਗੰਦਾ ਮੰਦਾ ਪੀਣਾ ਖਾਣਾ ਇਹਦਾ ਖਾਣਾ ਤੋਂ ਆਜੇ ਨਾਲ ਬੱਚੇ ਮਰ ਜਾਂਦੇ ਵੱਡੇ ਮਰ ਜਾਂਦੇ ਬੇਸਾਬੇ ਮਰੇ ਦੁਨੀਆ ਅੱਛਾ 47 ਵਿੱਚ ਬਹੁਤ ਵੱਡ ਫਟ ਹੋਈ ਤੁਹਾਡਾ ਖਾਨਦਾਨ ਦੇ ਵਿੱਚੋਂ ਕੋਈ ਕੋਈ ਨਹੀਂ ਅੱਲਾ ਦੇ ਰਹਿਮਤ ਰਹੀ ਸਾਡੇ ਪਿੰਡ ਦੇ ਸਰਦਾਰ ਬੜੇ ਅੱਛੇ ਲੋਕ ਸੀ ਇਹ ਮੋਹਤ ਅੱਛੇ ਲੋਕ ਜੀ ਬਾਬੇ ਰੂਏ ਕਿ ਇਹ ਨਫਤ ਕੀਤੀ ਸੀ ਸਾਨੂੰ ਇਹਨਾਂ ਪਛਾਹ ਪਾਕਿਸਤਾਨ ਦੀ ਹੱਦ ਤੇ ਯਾਨੀ ਅਸੀਂ ਧੰਨਵਾਦੀ ਆ ਜੀ ਉਹਨਾਂ ਦੇ ਫਰੀਦਕੋਟ ਵਾਲਿਆਂ ਬਾਬੇ ਰੁਲੀਏ ਕੇ ਕਿ ਜਿਨ੍ਹਾਂ ਨੇ ਆਪਣੀ ਹਫਾਜ਼ਤ ਵਿੱਚ ਤੁਹਾਨੂੰ ਲੈ ਗਏ ਔਰ ਕਿੱਥੇ ਛੱਡ ਕੇ ਗਏ ਉਹ ਸਾਡੇ ਸਾਡੇ ਗੰਡਾ ਸਿੰਘ ਗੰਡਾ ਸਿੰਘ ਹੈਡ ਤੇ ਛੱਡ ਗਏ ਛੱਡ ਗਏ ਉਹਨਾਂ ਲੋ ਜੀ ਅੰਦਾ ਸੁਖੁਰ ਤੋਂ ਅੱਗੇ ਕਸੂਰਾ ਆ ਗਿਆ ਫਿਰ ਪਾਕਿਸਤਾਨ ਆ ਗਿਆ ਸਾਡੀ ਹੈ ਨਹੀਂ ਨਹੀਂ ਉਹ ਅੱਛਾ ਅੱਛਾ ਹਾਂ ਉਹ ਉਹਨਾਂ ਨੇ ਬੜੀ ਮਿਹਰਬਾਨੀ ਕੀਤੀ ਬੜੀ ਮਿਹਰਬਾਨੀ ਕੀਤੀ ਉਹਨਾਂ ਨੂੰ ਅੱਲਾ ਖੈਰ ਕਰੇ ਉਹਨਾਂ ਸਰਦਾਰਾਂ ਤੇ ਵੀ ਅੱਲਾ ਖੈਰ ਕਰੇ ਤੇ ਉਹਨਾਂ ਨੂੰ ਪੇਗਾਮ ਮਿਲੇ ਤਾਂ ਸਾਨੂੰ ਜਰੂਰ ਮਿਲਣ ਨਹੀਂ ਉਹ ਆ ਵੀਡੀਓ ਆਪਣੀ ਉਹਨਾਂ ਦੇ ਕੋਲ ਪਹੁੰਚੇਗੀ ਨਾ ਤੇ ਉਹ ਜ਼ਰੂਰ ਸੁਣ ਕੇ ਵੀਡੀਓ ਦੇ ਕਮੈਂਟ ਵੀ ਹੋਣਗੇ ਤੁਹਾਡੇ ਨਾਲ ਫਿਰ ਅਸੀਂ ਉਹਨਾਂ ਦੀ ਗੱਲ ਵੀ ਕਰਾਂਗੇ ਅੱਛਾ ਜਿਹੜਾ ਸਭ ਤੋਂ ਜ਼ਿਆਦਾ ਢਾਡਾ ਬੇਲੀ ਹੀ ਕੋਈ ਸਰਦਾਰ ਉਹਦਾ ਨਾਮ ਦੱਸੋਗੇ ਕੌਣ ਸੀ ਮੇਰਾ ਜਿਹੜਾ ਬੇਲੀ ਸੀ ਨਾ ਜੀ ਉਹ ਤਾਂ ਸਭ ਤੋਂ ਜ਼ਿਆਦਾ ਸੀ ਮੀਨ ਮੀਨ ਸਰਦਾਰ ਮੀਨ ਸੀ ਉਹਦਾ ਨਾ ਪੂਪ ਵੀ ਐ ਸੀ ਗੁਰਚਰਨ ਵੀ ਐ ਸੀ ਉਹਦਾ ਬਾਲ ਬਚਾਰਾ ਸਿਆਹ ਮੌਤ ਹੋ ਗਿਆ ਸੀ ਗੁਰਚਰਨ ਦਾ ਬੜਾ ਸੋਹਣਾ ਜਵਾਨ ਮੇਰਾ ਹਣੀ ਸਾਲੇਕ ਵੱਡਾ ਸੀ ਮੈਂ ਅੱਛਾ ਤੁਹਾਡੀ ਦੋਵਾਂ ਦੀ ਦੋਸਤੀ ਦਾ ਕੀ ਕਾਰਨ ਸੀ ਕਿ ਤੁਸੀਂ ਮੁਸਲਮਾਨ ਹੋ ਸਿੱਖ ਦੋਸਤੀ ਕਿਸ ਤਰ੍ਹਾਂ ਹੋਈ ਉਹ ਇਸ ਤਰ੍ਹਾਂ ਹੋਈ ਵੀ ਸਾਹਮਣੇ ਸਾਹਮਣੇ ਘਰ ਸੀ ਨਿੱਕੇ ਨਿੱਕੇ ਐਸਾ ਇਕੱਠੇ ਹੋ ਜਾਣਾ ਬਹਿ ਜਾਣਾ ਗੱਲਾਂ ਕਰਨੀਆਂ ਰਾਤ ਨੂੰ ਦਿਨੇ ਬਣਾ ਰਾਤ ਨੂੰ ਬਣਾ ਪਿਆਰ ਕਰਨਾ ਜੇ ਕਰੋ ਖਾਣਾ ਮੈਂ ਉਧਰੋਂ ਖਾਣਾ ਉਹਨੇ ਇਧਰੋਂ ਖਾਣਾ ਅੱਛਾ ਅੱਛਾ ਖਾਨ ਪੀਣ ਇਕੱਠਾ ਸਾਡਾ ਰਹਿਣਾ ਤੇ ਘਰਚਰਨ ਜੀ ਚੀਜ਼ਾਂ ਹੋਵੇ ਜਮੀਨ ਜਾਂ ਫੂਪ ਤੇ ਉਹ ਮੇਰੇ ਹਣੀ ਨੇ तकरीबन ਮੈਂ 80 ਦੇ ਨੇੜੇ ਉਹ ਵੀ ਹੋਣਗੇ ਜਾਂ ਉਹਨਾਂ ਦੀ ਔਲਾਦ ਹੈ ਕੋਈ ਤਾਂ ਤੇ ਬਾਬਾ ਰੁਲਿਆ ਜਿਹੜਾ ਸੀ ਨਾ ਉਹ ਤਾਂ ਐਡਾ ਫਰਿਸ਼ਤਾ ਟਾਈਪ ਸੀ ਉਹਨੇ ਰੋਜ਼ਿਆਂ ਵਾਲੇ ਨਾਲ ਮੁਸਲਮਾਨਾਂ ਨਾਲ ਬਹੁਤ ਪਿਆਰ ਕੀਤਾ ਤੇ ਮੈਂ ਇੰਦਾਂ ਸੀ ਸਾਡੀ ਮਾਂ ਸੀ ਸਾਡੀ ਉਹਦੇ ਘਰ ਸੀ ਉਹ ਜਿਹੜੀ ਟੁੱਟਦੀ ਸੀ ਬਣੀ ਸੁੱਟੀ ਫੜ ਕੇ ਬਾਬਾ ਰੁਲੀਆ ਗੋਰਾ ਚਿੱਟਾ ਚਾ ਪਾਗਬਨੀ ਕਾਦੇ ਛੋਟਾ ਸੀ ਮੈਨੂੰ ਉਹਵੇਂ ਦੱਸਦਾ ਬਾਬਾ ਨੂੰ ਪਿਆਰ ਕਰਨਾ ਬੜਾ ਬੜਾ ਪਿਆਰ ਵਾਲਾ ਸੀ ਅੱਲਾ ਉਹਦੇ ਤੇ ਬਸ ਰਹਿਮਤ ਕਰੇ ਉਸ ਬਰਾ ਅੱਛਾ 74 ਸਾਲ ਹੋ ਗਿਆ ਆਪਾਂ ਨੂੰ ਆਇਆਂ ਨੂੰ ਉਧਰ ਤੇ ਕਦੀ ਜੀ ਨਹੀਂ ਕੀਤਾ ਉਧਰ ਜਾਣ ਨੂੰ ਬੜਾ ਜੀ ਕੀਤਾ ਅਸੀਂ ਗਏ ਵੀ ਹਾਂ ਦਿੱਲੀ ਸਨ 2004 ਚ ਤੇ ਉਹ ਫਿਰ ਨਾ ਇਹ ਆਣ ਨਹੀਂ ਦਿੱਤਾ ਉਹਨਾਂ ਨੇ ਸਰਦਾਰ ਵੇਲੇ ਬੜੇ ਉਹਨਾਂ ਪੇਗਾਮ ਪਹੁੰਚਾਇਆ ਸੀ ਉਹ ਪਹੁੰਚ ਹੀ ਸਕਿਆ ਕੋਈ ਅਦਰੋਂ ਇਸ਼ਤਿਹਾਰੀ ਸਿਰੂ ਆ ਕੇ ਗਿਆ ਸੀ ਦਿੱਲੀ ਤੋਂ ਅੱਗੇ ਨਾ ਤਾਸੀਲ ਤਯਾਰਾ ਚ ਉੱਥੇ ਅਸੀਂ ਮਹੀਨਾ ਰਹੇ ਤੇ ਪੰਜਾਬ ਸਾਨੂੰ ਆਣ ਨਹੀਂ ਦਿੱਤਾ ਉਹਨਾਂ ਨੇ ਨਾ ਫਿਰ ਉਹ ਤਰਸਦੇ ਰਹੇ ਅਸੀਂ ਤਾਂ ਉਹਨਾਂ ਆਂਦੇ ਨਹੀਂ ਇੱਥੇ ਨਨਕਾਣਾ ਸਾਹਿਬ ਜਿੱਥੇ ਆਉਣ ਤੇ ਇਹ ਸਾਡਾ ਪੇਗਾਮ ਉਹਨਾਂ ਨੂੰ ਮਿਲਣਾ ਚਾਹੀਦਾ ਯਾਨੀ ਅੱਜ ਵੀ ਪਿੰਡ ਵੇਖਣ ਨੂੰ ਜੀ ਕਰਦਾ ਬੜਾ ਜੀ ਕਰਦਾ ਬੜਾ ਜੀ ਕਰਦਾ ਮਾਸ਼ਾਅੱਲਾ ਬੜਾ ਜੀ ਕਰਦਾ ਕਿਕਰ ਚੜਦੇ ਬਸ ਬੜਾ ਵੱਡਾ ਹੁੰਦਾ ਸਾਡੇ ਬਤਾ ਹੋਣਾ ਨਹੀਂ ਹੋਣਾ ਅੱਛਾ ਅੱਛਾ ਤੇ ਸਾਡੇ ਮੂਹੇ ਕਿਕਰ ਸੀ ਹੂੰ ਤੇ ਇਧਰ ਇਸ ਵਰਤੇ ਕ੍ਰਾਸੀ ਉਹ ਤੋਂ ਟੱਗਿਆ ਵਾਲਾ ਤੇ ਨਾਲ ਮਸਤੇ ਛੋਟੀ ਜੀ ਨਾਲ ਡੇਰਾ ਸੀ ਬੜਾ ਵੱਡਾ ਉੱਚਾ ਡੇਰਾ ਜੀ ਬਾਬੇ ਰੂਜੀ ਦਾ ਉਹ ਨਕਸ਼ਾ ਅੱਗੇ ਸਾਮਣੇ ਆਂਦਾ ਪਿਆ ਸਾਮਣੇ ਖੇਰਦਾ ਹਾਂਜੀ 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 ਲਓ ਜੀ ਦੋਸਤੋ ਜਿਹੜੇ ਬਾਬਾ ਜੀ ਨੇ ਹਾਜੀ ਸਾਹਿਬ ਨੇ ਨਾਂ ਲਏ ਨੇ ਗੁਲਚਰਨ ਸਿੰਘ ਭੂਪ ਸਿੰਘ ਮੀਨ ਸਿੰਘ ਉਹਨਾਂ ਦੀ ਅਗਰ ਮੀਨ ਸਿੰਘ ਦੇ ਪੇਉ ਦਾ ਨਾ ਸੀ ਆਪਣਾ ਵੇਖ ਗੁਰਦੀਪ ਸਿੰਘ ਅੱਛਾ ਗੁਰਦੀਪ ਸਿੰਘ ਗੁਰਦੀਪਾਗੜ੍ਹ ਦੇ ਮਾਨੇ ਗੁਰਦੀਪ ਸਿੰਘ ਤੇ ਬਲਬੀਰ ਸਿੰਘ ਜਿਹੜਾ ਸੀ ਉਹ ਸੀ ਭੂਪ ਦਾ ਵਾਲਦ ਬਲਬੀਰ ਸਿੰਘ ਭੂਪ ਦਾ ਵਾਲਦ ਬਲਬੀਰ ਸਿੰਘ ਸੀ ਤੇ ਮੀਨ ਸਿੰਘ ਦਾ ਵਾਲਦ ਉਹਨੂੰ ਆਂਦੇ ਸੀ ਬਲਬੀਰ ਸਿੰਘ ਹਾਂਜੀ ਅੱਛਾ 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 ਤੇ ਗੁਰਦੀਪ ਸਿੰਘ ਨਾ ਸੀ ਗੁਰਦੀਪ ਸਿੰਘ ਜਿਹੜਾ ਸੀ ਵਿਚਾਰਾ ਅੱਲਾ ਨੂੰ ਪਿਆਰਾ ਹੋ ਗਿਆ ਸੀ ਉਹਨੂੰ ਸਾਇਮੋਤ ਕਰਤਾ ਸੀ ਕਤਲ ਹੋ ਗਿਆ ਸੀ ਉਹਦੇ ਤੋਂ ਉਹਦਾ ਪੁੱਤ ਸੀ ਗਰਚਰਨ ਸਿੰਘ ਹਾਂ ਅੱਛਾ ਹਾਈ ਸਾਹਿਬ ਇਹਦੇ ਵਿੱਚ ਹਿੰਦੂਆਂ ਦਾ ਕੋ ਮੰਦਰ ਐ ਸੀ ਉੱਥੇ ਹਾਂ ਮੰਦਰ ਹੈ ਸੀ ਮਾਸ਼ਾਅੱਲਾ ਹਿੰਦੂਆਂ ਦਾ ਆਏ ਹਾਂ ਹਿੰਦੂ ਰਹਿੰਦੇ ਸੀ ਹਿੰਦੂ ਵੀ ਆਏ ਸੀ ਉਹਨੀਆਂ ਬਾ ਬਾਣੀ ਕੇ ਹੁੰਦੇ ਸੀ ਉਹਨੀਆਂ ਦੁਕਾਨਾਂ ਹੁੰਦੀਆਂ ਸੀ ਬੀਬੀਆਂ ਦੀਆਂ ਨਾ ਸਰਦਾਰ ਇਹ ਹੀ ਸੀ ਸਰਦਾਰ ਬਾਬਾ ਰੂਈਆ ਕੀਰ ਸਿੰਘ ਤੇ ਆਪਣਾ ਰਣਜੀਤ ਸਿੰਘ ਤੇ ਬਲਬੀਰ ਸਿੰਘ ਤੇ ਸਰਦਾਰ ਇਹ ਹੀ ਸੀ ਇਹ ਹੀ ਮਾਲਕ ਪਿੰਡ ਦੇ ਸੀ ਅੱਛਾ ਆਜੀ ਸਾਹਿਬ ਐਲਾਨ ਹੋਣ ਤੋਂ ਬਾਅਦ ਤੁਸੀਂ ਕਿੰਨਾ ਚਿਰ ਬਾਅਦ ਉੱਥੋਂ ਨਿਕਲੇ ਸੋ ਮਤਲਬ ਜਦੋਂ ਇਹ ਕਿਸ ਤਰ੍ਹਾਂ ਮਹਿਸੂਸ ਹੋਇਆ ਬਾਅਦੋਂ ਨਿਕਲ ਜੋ ਉਹ ਉਹ ਬੜਾ ਕਤਲੋਗਾਰ ਸ਼ੁਰੂ ਹੋ ਗਈ ਤੇ ਫਿਰ ਇਹਨਾਂ ਨੇ ਆਖਿਆ ਸਰਦਾਰਾਂ ਨੇ ਸਾਨੂੰ ਵੀ ਸਾਥੋਂ ਵੀ ਨਾ ਕੰਟਰੋਲ ਹੋ ਰਿਹਾ ਨਾ ਕਿ ਐਸੇ ਕੋ ਘਟਾਣੀਆਂ ਆ ਜਾਵੇ ਨਹੀਂ ਕਤਲੋਗਾਰ ਕਦੋਂ ਸ਼ੁਰੂ ਹੋਈ ਸੀ ਕੋਈ ਲਾਂ ਸਨ 47 ਤੇ ਲਾਂ ਹੋ ਗਿਆ ਸੀ ਨਾ ਵੀ ਇਧਰੋਂ ਲੋਕ ਉਧਰ ਚਲੇ ਜਾਂਦੇ ਉਧਰੋਂ ਇਧਰ ਆ ਜਾਣ ਅੱਛਾ ਤੇ ਇਹਦਾ ਪਤਾ ਨਹੀਂ ਜੀ ਇਹ ਹੋਣਾ ਹੀ ਨਹੀਂ ਸੀ ਕਦੇ ਹੋਇਆ ਨਹੀਂ ਜੀ ਜਦੋਂ ਦੁਨੀਆ ਬਣੀ ਉਹ ਫਿਰ ਜਦੋਂ ਇਹ ਪਿਆ ਤੇ ਉਹਨਾਂ ਸਰਦਾਰਾਂ ਨੇ ਸਾਨੂੰ ਹਫਾਜ਼ ਚ ਲੈ ਕੇ ਤੇ ਉਹ ਫਿਰ ਨਾ ਸਾਨੂੰ ਇੱਥੇ ਗੰਡਾ ਸਿੰਘ ਬਾਰਡਰ ਦੇ ਪਚਾਤਾ ਵੀ ਅਪੜ ਜੋ ਹਾਲਾਤ ਬੜੇ ਖਰਾਬ ਨੇ ਸ਼ਾਇਦ ਸਾਥੋਂ ਵੀ ਨਾ ਸੰਭਾਲਿਆ ਜਾਵੇ ਅਸੀਂ ਇਹ ਘਟਾਣੀਆਂ ਪੈ ਜਾਣ ਤੇ ਉਹ ਇਨਾਂ ਨੇ ਮਿਹਰਬਾਨੀ ਇਹਨਾਂ ਦੀ ਇਹਨਾਂ ਸਾਨੂੰ ਬਚਾਇਆ ਗੰਡਾ ਸਿੰਘ ਨੇ ਫਿਰ ਅਸੀਂ ਪਾਕਿਸਤਾਨ ਅੱਲਾ ਦੇ ਫਾਜ਼ਲ ਨਾਲ ਆਏ ਚਲੋ ਜੀ ਆਪਣਾ دوستੋ ਇਹ ਸਾਨੂੰ ਸਾਡੇ ਨਾਲ ਹਾਜੀ ਸ਼ਫੀ ਡੋਗਰ ਵਲਦ ਜਮਾਲਦੀਨ ਤੇ ਅੱਛਾ ਜਦੋਂ ਰਸਤੇ ਆਇਆ ਨਾ ਉਥੇ ਕਤਲਗਾਨ ਸ਼ੁਰੂ ਹੋਈ ਤੇ ਹਥਿਆਰ ਮੰਗਣ ਲੱਗੇ ਅੱਛਾ ਸਾਡੇ ਕੋਲੇ ਛੋਟੇ ਫੜੇ ਸੀ ਮੇਰੇ ਤਾਏ ਦੇ ਪੁੱਤਰ ਕੋਲੇ ਬੜਾ ਜਵਾਨ ਸੀ ਬਾਗਾ ਤੇ ਮੇਰਾ ਭਰਾ ਤੇ ਉਹਨੇ ਛੋਟੇ ਸੀ ਉਹ ਫਿਰ ਉਹ ਲੈਣ ਲੱਗੇ ਨੇ ਤੇ ਉਹਨਾਂ ਨੇ ਆਖਿਆ ਵੀ ਛੋਟੇ ਸੀ ਨਹੀਂ ਦਿੰਦੇ ਉਹ ਫਿਰ ਮੇਰਾ ਤਾਇਆ ਬੜਾ ਜਵਾਨ ਸੀ ਉਹਨੇ ਆਖਿਆ ਸਿੱਖਾਂ ਨੂੰ ਵੀ ਗੱਲ ਐ ਵੀ ਛੋਟੇ ਦਿੰਨੇ ਸਾਨੂੰ ਸਾਡੀ ਸਮਝ ਬਿਜਤੀ ਉਹਨੇ ਆਖਿਆ ਡੋਗਰ ਸਾਹਿਬ ਗੱਲ ਐ ਵੀ ਤੇ ਉਸ ਡੋਗਰ ਨੇ ਸਰਦਾਰ ਐ ਮੈਂ ਵੀ ਸਰਦਾਰ ਹਾਂ ਕਲਣਾ ਵਾਧ ਰਿਹਾ ਤੁਹਾਡੀ ਇਫਾਦ ਕਰਾਂਗੇ ਜੇ ਥਿਆਰ ਦੇ ਦੋ ਉਹਨਾਂ ਇਮਾਨਕਰਾਨ ਆਪਦਾ ਚੁਕਿਆ ਧਰਮ ਨਾਲ ਉਹਨਾਂ ਹਥਿਆਰ ਸਭ ਤੋਂ ਫੜ ਲੈ ਫਿਰ ਉਹਨਾਂ ਨੇ ਸਾਨੂੰ ਨਹੀਂ ਛੱਡਾ ਬਲਕਿ ਸਾਨੂੰ ਬਾਰਡਰ ਦੇ ਪਹਚਾਇਆ ਮਿਹਰਬਾਨੀ ਉਹਨਾਂ ਦੀ ਵੀ ਨਹੀਂ ਉਹਨਾਂ ਨੂੰ ਡਰ ਸੀ ਕਿ ਹਥਿਆਰ ਇਹਨਾਂ ਗੋਲਿਆਂ ਦੇ ਸਾਨੂੰ ਨਾ ਪੈ ਜਾਣ ਬੜੇ ਤਗੜੇ ਜਵਾਨ ਸਾਡੇ ਵੱਡੇ ਤੇ ਤਿੰਨ ਚਾਰ ਉਹਨਾਂ ਆ ਕੇ ਦੋ ਚਾਰ ਮਾਰ ਕੇ ਹੀ ਅਸੀਂ ਮਰਾਂਗੇ ਅੱਛਾ ਤੁਹਾਡੇ ਪਿੰਡ ਵਿੱਚ ਚਲੋ ਤੁਹਾਡਾ ਖਾਨਦਾਨ ਤੇ ਆ ਗਿਆ ਠੀਕ ਹੋਰ ਕੋਈ ਨੁਕਸਾਨ ਹੋਇਆ ਸੀ ਪਿੰਡ ਵਿੱਚ ਮੁਸਲਮਾਨਾਂ ਦਾ ਨਹੀਂ ਇਹ ਮੋਟਰਾਂ ਦੇ ਵਿੱਚੋਂ ਕੋਈ ਨਹੀਂ ਹੋਇਆ ਯਾਨੀ ਬਿਲਕੁਲ ਸਹੀ ਇਸਲਾਮ ਸਾਰੇ ਬੋਟਰਾਂ ਦੇ ਵਿੱਚ ਮੁਸਲਮਾਨ ਦਾ ਕਿਸੇ ਦਾ ਕੋਈ ਖੂਨ ਖਰਾਬਾ ਨਹੀਂ ਹੋਇਆ ਉਹ ਅਮਨ ਆਮਾਨ ਨਾਲ ਆ ਗਏ ਤੇ ਫਿਰ ਕਸੂਰੋਂ ਸਿੱਦੇ ਤੁਸੀਂ ਕੈਂਚੀ ਤੇ ਆਜੇ ਜੀ ਆ ਹੋਰ ਕਸੂਰੋ ਸਿੱਧੇ ਫਿਰ ਸਾਡਾ ਵੱਡਾ ਜਿਹੜਾ ਸੀ ਨਾ ਉਹ ਮਾਰਦਾ ਨਾਜ ਕਰਦਾ ਸਤਾਇਆ ਉਹ ਆਂਦ ਰਹੇ ਸਾਈਵਾਲ ਅੱਛਾ ਅੱਛਾ ਹਾਂਜੀ ਸਾਈਵਾਲ ਥਾਣੇ ਨੂਰਸ਼ਾਹ ਜੇ ਉੱਥੇ ਲਾਲ ਵਾਲਾ ਪਿੰਡ ਸੀ ਉੱਥੇ ਆਂਦਾ ਸੀ ਬਨਾਨਿਆਂ ਕੋਲੇ ਇਲਾਜ ਲੂਚਣ ਲੈਣ ਨਾਲ ਜਿਹੜੇ ਸੀ ਆਹ ਤੇ ਫਿਰੋਜ਼ਪੁਰ ਤੇ ਆ ਸਾਈਵਾਲ ਸੀ ਉਹ ਫਿਰ ਆ ਉਹਨੂੰ ਠਾਰ ਤੇ ਉਠਾਰਦੇ ਚਲੇ ਗਏ अच्छा ਤੁਸੀਂ ਦੇਖੋ 14 ਅਗਸਤ ਲੋਕ ਤੇ ਖੁਸ਼ੀਆਂ ਮਨਾਉਂਦੇ ਨੇ ਤੇ ਜਿਨ੍ਹਾਂ ਨੇ ਇਹ ਹਾਲਾਤ ਵੇਖੇ ਨੇ ਕਿ 14 ਅਗਸਤ ਨਾਲ ਸਾਡਾ ਹੋਇਆ ਕੀ ਸਾਡੇ ਇੱਕ ਦੂਜੇ ਨਾਲੋਂ ਜੁਦਾ ਹੋ ਗਏ ਉਹ ਕੀ ਮਹਿਸੂਸ ਕਰਦੇ ਤੁਸੀਂ ਕੀ ਉਹ ਮਸੂਰ ਸੀ ਕਰਦੇ ਨੇ ਵੀ ਉਹਨਾਂ ਨੇ ਜਿਹੜਾ ਉਦੋਂ ਪਾਣੀ ਜਿਹੜਾ ਪੀਤਾ ਨਾਲ ਉਹਦੇ ਵਿੱਚ ਖੂਨ ਮਿਲਿਆ ਹੁੰਦਾ ਸੀ ਜਾਂ ਲਾਸ਼ਾਂ ਪਈਆਂ ਸੀ ਜਾਂ ਬੱਚਿਆਂ ਦੇ ਜਿਹੜੇ ਸੀ ਸਮਝ ਕਿ ਤੜ ਕਿਤੇ ਪਿਆ ਸੀ ਸਿਰ ਕਿਤੇ ਪਿਆ ਸੀ ਸੀਨਾ ਕਿਤੇ ਪਿਆ ਉਹਨੂੰ ਵੇਖ ਕੇ ਨਾ ਉਹਨੋ ਜਿਹੜੇ ਸਿਆਣੇ ਬੰਦੇ ਜੇ ਕੋਈ ਜੀਂਦਾ ਤੇ ਉਹਦੇ ਮੂੰਹ ਦੇ ਵਿੱਚੋਂ ਬੁਰਕੀ ਬਾਹਰ ਆ ਪੈਂਦੀ ਹੈ। ਯਾਨੀ 14 ਅਗਸਤ ਦੇ ਉਹ ਖੁਸ਼ੀ ਮਨਾਉਣ ਦੀ ਬਜਾਏ ਨਾ ਖੁਸ਼ੀ ਨਹੀਂ ਮਨਾਈ ਜਾਂਦੀ ਜੋ ਵੇਖਿਆ ਹਾਲਾਤ ਨੇ ਨਾ ਉਦੋਂ ਉਹ ਬੇਚੋ ਹਾਂ ਜੀ ਉਹ ਬਰਦਾਸ਼ਤ ਨਹੀਂ ਹੁੰਦੇ ਸੀ। ਨਹੀਂ ਆਜ਼ਾਦੀ ਦੀ ਖੁਸ਼ੀ ਘਾਟਿਆ ਤੇ ਬਰਬਾਦੀ ਦਾ ਬਰਬਾਦੀ ਦਾ ਹਾਂ ਬਸ। ਚਲੋ ਜੀ ਆਪਣੇ ਹਾਜੀ ਸ਼ਫੀ ਡੋਗਰ ਸਾਹਿਬ ਇਹਨਾਂ ਦੇ ਵਾਲਦਾ ਨਾਮ ਜਮਾਲਦੀਨ ਸੀ। ਮਮਮਦ ਇਕਬਾਲ ਮਮਮਦ ਇਕਬਾਲ ਇਹ ਭੁੱਟਰਪਿੰਡ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਡੀ ਵੀਡੀਓ ਵੀਡੀਓ ਜਦੋਂ ਜਾਏਗੀ ਤੁਹਾਡੇ ਕੋਲ ਤੇ ਜਿਹੜਾ ਵੀ ਕੋਈ ਜਿਹੜੇ ਹਾਜੀ ਸਾਹਿਬ ਨੇ ਨਾਮ ਲਏ ਨੇ ਇਹਨਾਂ ਦੀ ਔਲਾਦ ਵਿੱਚ ਹੋਵੇ ਜਾਂ ਕੋਈ ਇਹਨਾਂ ਵਿੱਚ ਹੋਵੇ ਤੋਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲੇਗਾ ਉਸ ਤੇ ਰਾਬਤਾ ਕਰਨਾ ਤੇ ਅਸੀਂ ਤੁਹਾਡੀ ਹਾਜੀ ਸਾਹਿਬ ਨਾਲ ਜ਼ਰੂਰ ਗੱਲਬਾਤ ਕਰਾਵਾਂਗੇ ਔਰ ਫਿਰ ਨੈਕਸਟ ਟਾਈਮ ਇਨਸ਼ਾਅੱਲਾ ਹਾਜੀ ਸਾਹਿਬ ਨੇ ਇੱਕ ਹੋਰ ਮੀਟ ਬੈਠਕ ਕਰਾਂਗੇ ਤਬ ਤੱਕ ਲਈ ਖੁਦਾ হাফেজ